ਸੱਚੇ ਪਾਤਸ਼ਾਹ ਜਿੰਨਾ ਵੀ ਉਪਦੇਸ਼ ਗੁਰਬਾਣੀ 'ਚ ਕਰ ਰਹੇ ਉਹ ਸਾਰਾ ਸਾਡੇ ਮਨ ਨੂੰ ਦਿੱਤਾ ਜਾਂਦਾ। ਹੁਣ ਆਪਣੇ ਮਨ ਨੂੰ ਸਮਝਾਉਂਦੇ ਵੀ ਤੇਰਾ ਜਿਹੜਾ ਅਸਲ ਕਾਰਜ ਹੈ ਉਹ ਹੈ ਇਸੇ ਮਨ ਕਰਨਾ। ਫਰਮਾਉਂਦੇ ਨੇ ਰਾਮ ਸਿਮਰ ਰਾਮ ਸਿਮਰ ਇਹ ਤੇਰੇ ਕਾਜ ਹੈ। ਹੁਣ ਜਦੋਂ ਅਸੀਂ ਸਿਮਰ ਨਹੀਂ ਕਰਦੇ ਸਾਡਾ ਮਨ ਵਿਚਾਰ ਫੁਰਨੇ ਲਈ ਜਾਂਦਾ, ਇਹਨਾਂ ਨੂੰ ਅਵਰ ਕਾਜ ਕਹਿੰਦੇ ਨੇ। ਕਿਉਂਕਿ ਜਿਹੜਾ ਆਪਾਂ ਸਰੀਰ ਦਾ ਤਨ ਦਾ ਕਰਮ ਕਰਦੇ ਹਾਂ ਇਹ ਕਰਮ ਵੱਖਰਾ ਹੈ, ਜਿਹੜਾ ਸਾਡੇ ਮਨ ਦਾ ਕਰਮ ਹੈ ਮਨ ਦਾ ਕਰਮ ਵੱਖਰਾ। ਹੁਣ ਤਨ ਵਾਸਤੇ ਤਾਂ ਆਪਾਂ ਇਹ ਜੋ ਕਿਰਤ ਕਰਦੇ ਹਾਂ, ਚਾਹੇ ਕੋਈ ਨੌਕਰੀ ਕਰਦਾ ਹੈ, ਕੋਈ ਦਿਹਾੜੀ ਕਰਦਾ ਹੈ, ਕੋਈ ਖੇਤੀਬਾੜੀ ਕਰਦਾ ਹੈ, ਇਹ ਅਸੀਂ ਤਨ ਵਾਸਤੇ ਕਰਮ ਕਰਦੇ ਹਾਂ। ਹੁਣ ਜਦੋਂ ਆਪਾਂ ਇਹ ਸੰਸਾਰ ਦੇ ਵਿੱਚ ਵਾਪਸ ਜਾਂਦੇ ਹਾਂ ਉੱਥੇ ਆਪਾਂ ਨੂੰ ਆਹ ਕਰਮ ਬਾਰੇ ਨਹੀਂ ਪੁੱਛਿਆ ਜਾਂਦਾ ਵੀ ਤੁਸੀਂ ਉੱਥੇ ਸੰਸਾਰ 'ਚ ਕੀ ਕਰਦੇ ਸੀ, ਵੀ ਤੁਸੀਂ ਖੇਤੀਬਾੜੀ ਕਰਦੇ ਸੀ, ਦੁਕਾਨਦਾਰੀ ਕਰਦੇ ਸੀ, ਜਾਂ ਦਿਹਾੜੀ ਕਰਦੇ ਸੀ, ਨੌਕਰੀ ਕਰਦੇ ਸੀ, ਇਹ ਨਹੀਂ ਪੁੱਛਿਆ ਜਾਂਦਾ। ਉੱਥੇ ਸਾਡੇ ਮਨ ਦੇ ਕਰਮ ਦੇਖੇ ਜਾਂਦੇ ਵੀ ਮਨ ਕੀ ਕਰਦਾ ਸੀ। ਹੁਣ ਮਨ ਦੇ ਜਿਹੜੇ ਕਰਮ ਨੇ ਉਹਨੇ ਵਿਚਾਰ ਫੁਰਨੇ ਜੋ ਸਾਡੇ ਅੰਦਰ ਚੱਲਦੇ ਨੇ, ਕਿਉਂਕਿ ਸਾਡਾ ਜਿਹੜਾ ਮਨ ਹੈ ਉਹ ਜਿੱਥੇ ਸਾਡਾ ਤਨ ਹੁੰਦਾ ਉੱਥੇ ਮਨ ਮੌਜੂਦ ਨਹੀਂ ਹੁੰਦਾ, ਮਨ ਕਿਤੇ ਹੋਰ ਹੁੰਦਾ ਹੈ, ਸਰੀਰ ਕਿਤੇ ਹੋਰ ਹੁੰਦਾ ਹੈ। ਇਸ ਵਾਸਤੇ ਫਿਰ ਆਪਣੇ ਮਨ ਨੂੰ ਸਮਝਾਉਂਦੇ ਨੇ ਵੀ ਤੇਰਾ ਜਿਹੜਾ ਅਸਲ ਕਰਮ ਹੈ ਤੂੰ ਉਹ ਕਰ, ਅਤੇ ਉਹ ਹੈ ਇਹ ਸਿਮਰਨ ਅਭਿਆਸ ਕਰਨਾ। ਬਾਕੀ ਜਿਹੜੇ ਤੂੰ ਵਿਚਾਰ ਫੁਰਨੇ ਲੈ ਰਿਹਾ ਹੈ ਇਹ ਅਵਰ ਕਾਜ ਨੇ, ਤੇਰੇ ਕਿਸੇ ਕੰਮ ਦੇ ਨਹੀਂ ਹੈ, ਇਹ ਸਾਰੇ ਛੱਡਦੇ। ਰਮਾਉਂਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਮਨ ਜਦੋਂ ਵਿਚਾਰ ਫੁਰਨਿਆਂ ਦੇ ਵਿੱਚ ਭੱਜਾ ਫਿਰਦਾ ਹੈ ਉਦੋਂ ਫਿਰ ਕਹਿੰਦੇ ਨੇ ਵੀ ਇਹ ਤੂੰ ਅਵਰ ਕਾਜ ਕਰ ਰਹੇ ਹੈ। ਸੋ ਇਸ ਕਰਕੇ ਫਿਰ ਮਨ ਨੂੰ ਕਹਿੰਦੇ ਵੀ ਤੂੰ ਇਹ ਕਾਜ ਛੱਡ ਕੇ, ਵਿਚਾਰ ਫੁਰਨੇ ਛੱਡ ਕੇ ਤੂੰ ਇੱਕੋ ਹੀ ਕਾਰਜ ਕਰ ਲਏ, ਜਿਹੜਾ ਤੈਨੂੰ ਅਸਲ ਕਾਰਜ ਦਿੱਤਾ ਹੈ ਉਹ ਹੈ ਇਹ ਸਿਮਰਨ ਅਭਿਆਸ ਕਰਨਾ। ਇਸ ਲਈ ਮਹਾਰਾਜ ਫਰਮਾਉਂਦੇ ਨੇ ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕੰਮ, ਵੀ ਮਨ ਦੇ ਜਿਹੜੇ ਹੋਰ ਕੰਮ ਨੇ ਉਹ ਸਾਰੇ ਛੱਡ ਦਿਓ। ਕਰਮ ਕੀ ਨੇ ਮਨ ਦੇ, ਇਹ ਜਿਹੜਾ ਵਿਚਾਰ ਫੁਰਨੇ ਲੈ ਰਹੇ ਹੈ। ਹੁਣ ਜਦ ਤੱਕ ਸਾਡਾ ਮਨ ਇਹ ਵਿਚਾਰ ਫੁਰਨੇ ਲੈ ਰਿਹਾ ਹੈ ਇਹ ਵਿਚਾਰਾਂ ਦੇ ਵਿੱਚ ਸਹਿਜ ਨਹੀਂ ਹੈ। ਇਸੇ ਨੂੰ ਹੀ ਗੁਰੂ ਅਮਰਦਾਸ ਜੀ ਆਪਾਂ ਨੂੰ ਰੋਜ਼ ਸਮਝਾਉਣਾ ਕਰਦੇ ਨੇ, ਕਰਮੀ ਸਹਿਜ ਨਾ ਉਪਜੈ ਬਿਣ ਸਹਿਜੇ ਸਹਿੰਸਾ ਨਾ ਜਾਏ। ਵੀ ਜਦ ਤੱਕ ਸਾਡਾ ਮਨ ਅਵਰ ਕਾਜ ਕਰ ਰਿਹਾ ਉਹਨਾਂ ਸਮਾਂ ਸਾਡੇ ਅੰਦਰ ਸਹਿਜ ਨਹੀਂ ਬਣੇਗਾ, ਉਹਨਾਂ ਸਮਾਂ ਸਾਡੇ ਜਿਹੜੇ ਚਿੰਤਾ ਫਿਕਰ ਨੇ ਇਹ ਸਾਡੇ ਚਿੰਤਾ ਫਿਕਰ ਖਤਮ ਨਹੀਂ ਹੋਣਗੇ, ਸਾਡੇ ਮਨ ਨੂੰ ਚਿੰਤਾ ਫਿਕਰ ਲੱਗੇ ਰਹਿਣਗੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਾਡਾ ਜਿਹੜਾ ਅਸਲ ਕਰਮ ਹੈ ਮਨ ਦਾ ਉਹ ਹੈ ਇਹ ਸਿਮਰਨ ਅਭਿਆਸ ਕਰਨਾ, ਮਾਲਕ ਦੇ ਗੁਣ ਗਾਉਣੇ, ਪਰਮਾਤਮਾ ਦੀ ਸਿਲਸਿਲਾ ਕਰਨੀ, ਵਡਿਆਈ ਕਰਨੀ, ਇਹ ਸਾਡਾ ਅਸਲ ਨਿੱਜੀ ਕਰਮ ਹੈ ਜਿਹੜਾ ਅਸੀਂ ਇਸ ਸੰਸਾਰ ਦੇ ਵਿੱਚ ਕਰਨ ਵਾਸਤੇ ਆਉਂਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਤੁਹਾਡਾ ਅਸਲ ਕਰਮ ਹੈ ਇਹਦੇ ਵਿੱਚ ਬਿਲਕੁਲ ਵੀ ਤੁਸੀਂ ਢਿੱਲ ਨਾ ਵਰਤੋ, ਇਹਦੇ ਵਿੱਚ ਆਲਸ ਨਾ ਕਰੋ। ਇਹ ਕਰਮ ਸਾਨੂੰ ਕਰਕੇ ਸਿਮਰਨ ਕਰਕੇ ਇਸ ਲੋਕ ਦੇ ਵਿੱਚ ਵੀ ਸਾਡੇ ਮਨ ਨੇ ਸੁਖੀ ਰਹਿਣਾ, ਇੱਥੇ ਵੀ ਇਹਨੂੰ ਸ਼ਾਂਤੀ ਆਉਣੀ, ਜਦੋਂ ਅਸੀਂ ਵਾਪਸ ਜਾਣਾ ਆਪਦੇ ਦੇਸ਼ ਨੂੰ ਦਰਗਾਹ ਦੇ ਵਿੱਚ ਵੀ ਇਹਦਾ ਮੁੱਖ ਉਜਲ ਹੋਣਾ ਹੈ। ਇਸ ਲਈ ਮਹਾਰਾਜ ਫਰਮਾਉਂਦੇ ਨੇ ਆਪਣੇ ਕਾਰਜ ਕੋ ਕਿਉਂ ਅਲਕਾਈਏ ਜਿਸ ਸਿਮਰਤ ਦਰਗੇ ਮੁੱਖ ਉਜਲ ਸਦਾ ਸਦਾ ਸੁੱਖ ਪਾਈਏ। ਵੀ ਜਿਹੜਾ ਕਰਮ ਕਰਕੇ ਅਸੀਂ ਸਦਾ ਸੁਖੀ ਹੋ ਜਾਣਾ, ਸਾਡਾ ਜਿਹੜਾ ਮੁੱਖ ਹੈ ਮੁੱਖ ਉਜਲ ਹੋਣਾ, ਉਹਦੇ ਵਿੱਚ ਕਹਿੰਦੇ ਢਿੱਲ ਨਾ ਵਰਤੋ, ਉਹਦੇ ਵਿੱਚ ਆਲਸ ਨਾ ਕਰੋ, ਅਤੇ ਉਹ ਹੈ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ। ਹੁਣ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਅਭਿਆਸ ਕਰਨ ਦੇ ਨਾਲ ਆਪਣਾ ਜਿਹੜਾ ਮਨ ਹੈ ਮਨ ਸ਼ੁੱਧ ਹੋ ਜਾਂਦਾ, ਮਨ ਨਿਰਮਲ ਹੋ ਜਾਂਦਾ ਹੈ। ਕਿਉਂਕਿ ਮਨ ਦੇ ਉੱਤੇ ਕਰਮ ਦੀ ਉਮੈਂਟ ਚੜ੍ਹਦੀ ਹੈ, ਵਿਚਾਰਾਂ ਦੀ, ਫੁਰਨਿਆਂ ਦੀ, ਸਹਿੰਸੇ ਫਿਕਰਾਂ ਦੀ, ਚਿੰਤਾਵਾਂ ਦੀ, ਦੁਬਧਾ ਦੀ, ਵੈਰ ਵਿਰੋਧ ਦੀ, ਨਿੰਦਿਆ ਚੁਗਲੀ, ਈਰਖਾ, ਨਫ਼ਰਤ ਦੀ, ਇਹ ਸਾਰੀ ਸਾਡੇ ਮਨ ਦੇ ਉੱਤੇ ਮੈਲ ਚੜ੍ਹਦੀ ਹੈ।